ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਗੁਰਮੀਤ ਸੁਣਾਈਆਂ ਹਰ ਕੀਆਂ ਕਥਾ ਕਹਾਣੀਆਂ ਸੋ ਇਹ ਜਿਹੜੀਆਂ ਪ੍ਰਮਾਤਮਾ ਦੀਆਂ ਕਥਾ ਕਹਾਣੀਆਂ ਹੈਗੀਆਂ ਜਿਹੜੇ ਰੱਬ ਦੇ ਪਿਆਰੇ ਸੁਣਾਉਂਦੇ ਆ ਇਹਨਾਂ ਨੂੰ ਸੁਣਨ ਵਾਸਤੇ ਕੋਈ ਨਾ ਕੋਈ ਜੁਗਤ ਤਰੀਕਾ ਜਗਿਆਸੂ ਦੇ ਮਨ ਦੇ ਵਿੱਚ ਹੋਣਾ ਚਾਹੀਦਾ ਹੈਗਾ ਉਹ ਕੀ ਹੈ ਮਹਪੁਰਖ ਦੱਸਦੇ ਆ ਜਿਵੇਂ ਨਾਮ ਜਪਣਾ ਉਹਦਾ ਇੱਕ ਆਪਣੀ ਯੋਗਤਾ ਹੈਗੀ ਆ ਦੂਸਰਾ ਕੀਰਤਨ ਕਰਨਾ ਜਾਂ ਕੀਰਤਨ ਸੁਣਨਾ ਇਹਦੀ ਵੀ ਇੱਕ ਆਪਣੀ ਯੋਗਤਾ ਹੈ ਇਸੇ ਤਰ੍ਹਾਂ ਕਥਾ ਕਰਨੀ ਜਾਂ ਕਥਾ ਸੁਣਨੀ ਇਹਦੇ ਵੀ ਇੱਕ ਆਪਣਾ ਤਰੀਕਾ ਯੋਗਤ ਹੈਗਾ ਅਸਲ ਦੇ ਵਿੱਚ ਕੀ ਹੈ ਕਿ ਜਦੋਂ ਅਸੀਂ ਕਿਸੇ ਤੋਂ ਚੀਜ਼ ਲੈਣੀ ਹੋਵੇ ਹਨ ਪਹਿਲਾਂ ਤਾਂ ਸਾਡੇ ਵਿੱਚ ਨਿਮਰਤਾ ਭਾਵ ਹੋਣਾ ਚਾਹੀਦਾ ਹੈਗਾ ਇਹ ਨਿਮਰਤਾ ਭਾਵ ਕੋਈ ਵੀ ਪ੍ਰਾਣੀ ਉਹ ਤਾਂ ਮਨ 'ਚ ਲੈ ਸਕਦਾ ਅਗਰ ਉਹਦੇ ਮਨ ਦਾ ਵਿੱਚ ਇਹ ਅਭਾਵ ਹੋਵੇ ਕਿ ਮੈਂ ਭਾਈ ਇਸ ਜਗਿਆਸੂ ਦੇ ਇਸ ਰੱਬ ਦੇ ਪਿਆਰੇ ਦੇ ਚਰਨਾਂ ਦੇ ਵਿੱਚ ਖੜਾ ਹੈਗਾ ਜਿਹੜਾ ਇਨਸਾਨ ਸੰਤਾਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਖੜਾ ਮਹਿਸੂਸ ਕਰੇ ਅਸਲ ਦੇ ਵਿੱਚ ਉਹਦੀ ਝੋਲੀ ਭਰਦੀ ਹੈਗੀ ਹੈ ਤੇ ਜਿਹੜੇ ਪ੍ਰਾਣੀ ਆਪਣਾ ਗਿਆਨ ਦੀ ਹਉਮੈ ਦੇ ਵਿੱਚ ਜਾਂ ਹੋਰ ਕਿਸੇ ਮਾਣ ਤਾਣ ਦੇ ਵਿੱਚ ਜਾ ਕੇ ਅਖਰ ਸਤਸੰਗ ਦੇ ਵਿੱਚ ਬੈਠ ਵੀ ਜਾਣ ਨਾਮ ਜਪਨ ਕਥਾ ਕੀਰਤਨ ਸਰਵਣ ਵੀ ਕਰਨ ਉਹਨਾਂ ਨੂੰ ਕੋਈ ਬਹੁਤਾ ਲਾਭ ਪ੍ਰਾਪਤ ਨਹੀਂ ਹੁੰਦਾ ਹੈਗਾ ਬਸ ਜਾਂ ਤਾਂ ਉਹ ਚੀਜ਼ ਉਹਨਾਂ ਦੇ ਕੰਨ ਰਸ ਕਰਕੇ ਰਹਿ ਜਾਂਦੀ ਹੈਗੀ ਆ ਤੇ ਜਾਂ ਉਹ ਵਸਤੂ ਜਿਹੜੀ ਹੈਗੀ ਆ ਉਹ ਉਹਨਾਂ ਦੇ ਸਿਰ ਦੇ ਉੱਪਰੋਂ ਦੀ ਨਿਕਲ ਜਾਂਦੀ ਹੈ ਕਿਉਂ ਕਿ ਕਿਉਂਕਿ ਉਹਨਾਂ ਦਾ ਫਿਰ ਅੰਦਰ ਨਹੀਂ ਭਜਦਾ ਜਿਹੜਾ ਪੁਰਾਣੀਆਂ ਦਾ ਅੰਦਰ ਭਜਦਾ ਹੈ ਉਹਨਾਂ ਨੂੰ ਇਸ ਗੱਲ ਦਾ ਇਲਮ ਹੈ ਗਿਆਨ ਹੈ ਉਹ ਕੀ ਹੈ ਕਿ ਹਉ ਤਿਸ ਬਟੂ ਬਾਰੀਏ ਹੋਂਦੇ ਮਾਨ ਜੋ ਹੋਏ ਨਿਮਾਣਾ ਹੋਂ ਤਸ ਬਿੱਟੋਂ ਬਾਰੀਏ ਹੋਂਦੇ ਤਾਣ ਜੋ ਹੋਏ ਨਿਤਾਣਾ ਦਿਨ ਦੁਨੀਂਦਰ ਗੈ ਪਰਵਣਾ ਜਿਨ੍ਹਾਂ ਦੇ ਵਿੱਚ ਆ ਗੁਣ ਹੈਗਾ ਕਿ ਜਿਹੜੇ ਮਾਨ ਹੁੰਦਿਆਂ ਵੀ ਨਿਮਾਣੇ ਰਹਿੰਦੇ ਆ ਤਾਣ ਹੁੰਦਿਆਂ ਵੀ ਨਿਤਾਣੇ ਰਹਿੰਦੇ ਆ ਤੇ ਊਠ ਹੁੰਦਿਆਂ ਵੀ ਨਿਊਠ ਰਹਿੰਦੇ ਆ ਆਸਰੇ ਹੁੰਦਿਆਂ ਵੀ ਨਿ ਆਸਰੇ ਰਹਿੰਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਆ ਗੁਣ ਕਰ ਕਰ ਜਵੇ ਅਸਲ ਦੇ ਵਿੱਚ ਉਹਨਾਂ ਦੀ ਝੋਲੀ ਭਰ ਜਾਂਦੀ ਆ ਸੂਦਾਸ ਅੱਜ ਇਸੇ ਹੀ ਵਿਸ਼ੇ ਦੇ ਉੱਤੇ ਕਿ ਸਾਨੂੰ ਮੌਪੁਰਖਾਂ ਦੀ ਕਥਾ ਸਰਵਣ ਕਰਨ ਦਾ ਕੀ ਗੁਣ ਸਾਡੇ ਅੰਦਰ ਹੋਣਾ ਚਾਹੀਦਾ ਹੈ ਇਹਦੀ ਇੱਕ ਵਿਚਾਰ ਜਿਹੜੀ ਆ ਦਾਸ ਆਪ ਸਾਰੀਆਂ ਸੰਤਾਨਾਂਾਂ ਸੰਝਾ ਕਰਦਾ ਹੈਗਾ ਦੇਖੋ ਇੱਕ ਮਹਾਤਮਾ ਦੇ ਪਾਸ ਉਹ ਨਾ ਕੋਈ ਪ੍ਰੇਮੀ ਆਇਆ ਉਹ ਜਿਹੜਾ ਪ੍ਰੇਮੀ ਸੀਗਾ ਇਹਨਾਂ ਗਿਆਨਵਾ ਨਹੀਂ ਸੀਗਾ ਇਹਨਾਂ ਸੂਝਵਾਨੇ ਸੀਗਾ ਨਾ ਤੋਨੇ ਧਰਮ ਗ੍ਰੰਥ ਪੜ੍ਹੇ ਸੀ ਨਾ ਬਹੁਤੇ ਸੋਹਣੇ ਸੀਗੇ ਤੇ ਨਾ ਕਿਸੇ ਕੋਲੋਂ ਕਥਾ ਕਰਨ ਦਾ ਜਾਂ ਸੁਣਨ ਦੀ ਕੋਈ ਯੁਗਤੀ ਸਿੱਖੀ ਸੀ ਜਾਂ ਕਿਸੇ ਸਾਧੂ ਸੰਤ ਮਹਾਤਮਾ ਦੀ ਸੇਵਾ ਕੀਤੀ ਸੀ ਪਰ ਹਾਂ ਉਹਦੇ ਮਨ ਦੇ ਵਿੱਚ ਇੱਕ ਛਾਲਾ ਸੀਗਾ ਕਿ ਮੈਂ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੱਬ ਦੇ ਨਾਮ ਦੀ ਕਥਾ ਕਰਕੇ ਆਪਣਾ ਨਾਂ ਥੋੜਾ ਜਿਹਾ ਉੱਚਾ ਕਰ ਸਕਾਂ ਆਪਣਾ ਪ੍ਰਭਾਵ ਜਮਾ ਸਕਾਂ ਜਿਵੇਂ ਕਹ ਲਓ ਕਿ ਮੇਰੀ ਥੋੜੀ ਹੈ ਨਾ 바ਬਾ ਹੋ ਜਵੇ ਕਿ ਹਾਂ ਭਾਈ ਇਹ ਵੀ ਬੰਦਾ ਗਿਆਨੀ ਧਿਆਨੀ ਹੈ ਇਹ ਵੀ ਕਥਾ ਬਚਾਰ ਰੱਖ ਸਕਦਾ ਹੈ ਇਹ ਉਹਦੇ ਮਨ ਦੇ ਵਿੱਚ ਇੱਕ ਅਸ਼ਾਲਾ ਸੀ ਇੱਕ ਸੋਚ ਸੀ ਲੇਕਿਨ ਫਿਰ ਉਹਦੇ ਮਨ ਦੇ ਵਿੱਚ ਇਹ ਸੀਗਾ ਕਿ ਇਹ ਕਥਾ ਮੈਂ ਸੁਣਾਉਣੀ ਕਿਹਨੇ ਆ ਫਿਰ ਉਹਦੇ ਮਨ ਦੇ ਵਿੱਚ ਇਹ ਆਇਆ ਕਿ ਆਮ ਕਰਕੇ ਜਿਹੜੇ ਕਥਾ ਕਰਨ ਵਾਲੇ ਸੰਤਮਾਪੁਰਖ ਜਾਂ ਪ੍ਰੇਮੀ ਹੁੰਦੇ ਆ ਉਹ ਆਮ ਸੰਗਤਾਂ ਦੇ ਵਿੱਚ ਕਥਾ ਸਰਵਣ ਕਰਾਉਂਦੇ ਆ ਪਰ ਉਹਨਾਂ ਨੂੰ ਕੋਈ ਬਹੁਤਾ ਲਾਭ ਨਹੀਂ ਮਿਲਦਾ ਕਿਉਂਕਿ ਸੰਗਤ ਜਿਹੜੀ ਆ ਕਥਾ ਸੁਣ ਕੇ ਉੱਥੋਂ ਚਲੀ ਜਾਂਦੀ ਆ ਜੋ ਚੀਜ਼ ਉਹਨਾਂ ਨੂੰ ਚਾਹੀਦੀ ਹੈਗੀ ਆ ਉਹ ਚੀਜ਼ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੀ ਪਰ ਇਹਦੇ ਵਾਸਤੇ ਜ਼ਰੂਰੀ ਹੈ ਕਿ ਆਪਣੀ ਵਾਵਾ ਕਰਾਉਣ ਵਾਸਤੇ ਆਪਣੀ ਕਥਾ ਕਿਸੇ ਸੰਤ ਸਾਧੂ ਮਹਾਤਮਾ ਨੂੰ ਸੁਣਾਈ ਜਾਵੇ ਕਿਉਂਕਿ ਸੰਤ ਸਾਧੂ ਮਹਾਤਮਾ ਅਗਰ ਉਸ ਸੰਗਤ ਦੇ ਵਿੱਚ ਆ ਕੇ ਬੈਠ ਜਾਣ ਤੇ ਫਿਰ ਮੇਰਾ ਪ੍ਰਭਾਵ ਵੀ ਬਣੇਗਾ ਕਿ ਮੈਂ ਕਿਸੇ ਵੱਡੇ ਮਹਾਤਮਾ ਦੇ ਸਾਹਮਣੇ ਕਥਾ ਕੀਤੀ ਆ ਤੇ ਮੈਂ ਤਾਂ ਹੀ ਕਥਾ ਕੀਤੀ ਆ ਅਗਰ ਮੈਂ ਗਿਆਨਵਾਨ ਹੈਗਾ ਮੈਂ ਸੂਝਵਾਨ ਹੈਗਾ ਤੇ ਫੇਰ ਹੀ ਮੈਂ ਕਥਾ ਕੀਤੀ ਆ ਇਹ ਉਹਦੇ ਮਨ ਚ ਵਿਚਾਰ ਸਿਲਿਆ ਇਹ ਸੋਚ ਕੇ ਉਹ ਸੱਜਣ ਜਿਹੜੇ ਸੀਗੇ ਨਾ ਕਿ ਕਿਸੇ ਸੰਤ ਮਹਾਤਮਾ ਦੇ ਪਾਸ ਚਲੇ ਗਏ ਉਹ ਸੰਤ ਮਹਾਤਮਾ ਉਹ ਕੋਟੀ ਦੇ ਸਾਧੂ ਸੰਤ ਸੀਗੇ ਬੜੇ ਗਿਆਨੀ ਧਿਆਨੀ ਸੀ ਪਰ ਮੇਨ ਗੱਲ ਇਹ ਸੀ ਕਿ ਸਭ ਕੁਝ ਹੁੰਦਿਆਂ ਸੁਂਦਿਆਂ ਵੀ ਉਹ ਆਪਣੇ ਆਪ ਨੂੰ ਜਣਾਉਦੇ ਨਹੀਂ ਸੀ ਬੜਾ ਕੁਝ ਉਪਾ ਕੇ ਉਹਨਾਂ ਨੇ ਆਪਣੇ ਅੰਦਰ ਰੱਖਿਆ ਸੀ ਇਹ ਜਿਹੜੇ ਪ੍ਰੇਮੀ ਜਨ ਸੀ ਜਦ ਸਾਧੂਆਂ ਕੋਲ ਗਏ ਉਹਨਾਂ ਮਹਾਤਮਾ ਦੇ ਪਾਸ ਜਾ ਕੇ ਕਹਿਣ ਲੱਗੇ ਜੀ ਫਲਾਨੀ ਜਗ੍ਹਾ ਦੇ ਉੱਤੇ ਕੋਈ ਸੰਗਤ ਹੋਣੀ ਆ ਤੇ ਮੈਂ ਉੱਥੇ ਹਨਾ ਕਥਾ ਸੁਣਾਉਣੀ ਹੈਗੀ ਆ ਤੇ ਅਗਰ ਤੁਸੀਂ ਉੱਥੇ ਪਹੁੰਚ ਕੇ ਮੇਰੀ ਕਥਾ ਸੁਣੋ ਹਨ ਤੇ ਮੈਨੂੰ ਬੜੀ ਖੁਸ਼ੀ ਹੋਊਗੀ। ਜਦ ਇਹ ਗੱਲ ਹੋਈ ਦੇਖੋ ਜਿਹੜੇ ਸੰਤ ਸਾਧੂ ਮਹਾਤਮਾ ਸੀਗੇ ਉਹਨਾਂ ਨੇ ਉਹਦੇ ਤੇਰੇਲ ਮੜ ਜਾ ਥੱਕਿਆ ਤਾਂ ਕੇ ਮੁਸਕਰਾ ਪਏ। ਕਹਿੰਦੇ ਚੱਲ ਠੀਕ ਹੈ ਬੋਲੇ। ਤੂੰ ਉੱਥੇ ਜਿੱਦਣ ਕਥਾ ਸੁਣਾਉਣੀ ਆ ਅਸੀਂ ਉੱਥੇ ਆਪੇ ਪਹੁੰਚ ਜਾਵਾਂਗੇ। ਤੂੰ ਟੈਨਸ਼ਨ ਨਾ ਲੈ। ਦੇਖੋ ਐਡੇ ਵੱਡੇ ਨਾਮਵਰ ਸਾਧੂਆਂ ਦੇ ਸਾਹਮਣੇ ਕਥਾ ਸੁਣਣੀ ਉਹਨੂੰ ਬੜੀ ਖੁਸ਼ੀ ਹੋਈ ਕਿ ਮੇਰੀ ਇਸ ਕਥਾ ਦੇ ਵਿੱਚ ਇਹ ਸਾਧੂ ਜਿਹੜੇ ਵੱਡੇ ਹੈ ਮਹਾਤਮਾ ਹੈਗੇ ਜ਼ਰੂਰ ਸ਼ਾਮਲ ਹੋਣਗੇ। ਗੱਲ ਕੀ ਜਦ ਕਥਾ ਦਾ ਦਿਨ ਆਇਆ ਤੇ ਸਾਧੂ ਜਿਹੜੇ ਸੀ ਪੂਰੇ ਟਾਈਮ ਦੇ ਨਾਲ ਕਥਾ 'ਚ ਪਹੁੰਚੇ ਤੇ ਉਹਨਾਂ ਦਾ ਆਉਣਾ ਸੁਣ ਕੇ ਕਿ ਸੰਤ ਮਹਤਮਾ ਆਇਆ ਸੰਗ ਅਧਾੜ ਆ ਗਿਆ ਸੰਗਤ ਬਹੁਤ ਆ ਗਈ ਖੈਰ ਇਹ ਜਿਹੜੇ ਸੱਜਣ ਸੀਗੇ ਇਹ ਮਾਨੀ ਮਨ ਬੜੇ ਖੁਸ਼ ਹੋਏ ਹੁਣ ਕਥਾ ਕਰਨ ਦਾ ਕੋਈ ਤਰੀਕਾ ਨਹੀਂ ਸੀ ਕੋਈ ਬਲ ਨਹੀਂ ਸੀ ਕੋਈ ਬਹੁਤਾ ਗਿਆਨ ਨਹੀਂ ਸੀ ਪਰ ਜਦ ਆ ਬਿਆਸਪੀਠ ਤੇ ਬੈਠ ਕੇ ਕਥਾ ਸੁਣਾਉਣ ਲੱਗੇ ਕਥਾ ਸੁਣਾਉਣ ਲੱਗੇ ਪਰ ਹੁਣ ਕਥਾ ਦੇ ਵਿੱਚ ਜਿਹੜਾ ਹੈਗਾ ਬੰਦਾ ਬਹੁਤ ਵਿਦਵਾਨ ਹੋਵੇ ਗਿਆਨੀ ਹੋਵੇ ਧਿਆਨੀ ਹੋਵੇ ਉਹ ਆਪਣਾ ਪ੍ਰਭਾਵ ਜਿਹੜਾ ਹੈਗਾ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਸੰਗਤ ਉੱਤੇ ਛੱਡ ਜਾਂਦਾ ਹੈਗਾ ਪਰ ਇਹ ਇੰਨਾ ਬਹੁਤ ਗਿਆਤਾ ਨਹੀਂ ਸੀ ਇਸ ਕਰਕੇ ਇਹਨਾਂ ਨੇ ਕੀ ਕੀਤਾ ਜਦ ਕਥਾ ਸ਼ੁਰੂ ਕੀਤੀ ਕੋਈ ਗੱਲ ਇਧਰੋਂ ਫੜ ਲਈ ਕੋਈ ਗੱਲ ਉਧਰੋਂ ਫੜ ਲਈ ਕੋਈ ਗੱਲ ਇਧਰੋਂ ਫੜ ਲਈ ਜਿਵੇਂ ਕਹਿ ਲਓ ਕਿ ਜਿਵੇਂ ਕੋਈ ਕਪੜਾ ਸਉਣਾ ਹੋਵੇ ਤੋਂ ਉਸ ਕਪੜੇ ਦੀਆਂ ਟਾਕੀਆਂ ਕੁਝ ਕਿ ਇਸ ਢੰਗ ਦੀਆਂ ਲਾਈਆਂ ਕੁਛ ਕਪੜਾ ਕਿਸੇ ਢੰਗ ਦਾ ਜੋੜ ਦਾ ਕੋਸ਼ ਕਰ ਜਿਵੇਂ ਉਹ ਕਹ ਲੋ ਕਿ ਇਹ ਖਣ ਗੋਦੜੀ ਜੀ ਕਥਾ ਦੀ ਉਹ ਨਹੀਂ ਬੜਾ ਲਈ ਜਾਂ ਗੋਦੜੀ ਕਥਾ ਵੀ ਬਣਾਈ ਹੁਣ ਸੰਗਤ ਮੰਨ ਚ ਸੋਚੇ ਕਿ ਐਡੇ ਸਭ ਮਹਾਤਮਾ ਆਏ ਆ ਇਹ ਜਿਹੜਾ ਕਥਾਵਾਚਕ ਹੈਗਾ ਇਹਦੀ ਗੱਲ ਜਿਹੜੀ ਹੈਗੀ ਆ ਉਹ ਤਾਂ ਚਾਰ ਚਫੇਰੇ ਘੁੰਮ ਰਹੀ ਆ ਤੇ ਕੋਈ ਇੱਕ ਨਿਸ਼ਚਿਤ ਪੁਆਇੰਟ ਦੇ ਉੱਤੇ ਨਿਸ਼ਚਿਤ ਧਾਰੇ ਦੇ ਉੱਤੇ ਕਥਾ ਤਾਂ ਕਰ ਨਹੀਂ ਰਿਹਾ ਹੈਗਾ ਜੋ ਚੀਜ਼ ਸਮਝਾਉਣੀ ਚਾਹੀਦੀ ਉਹ ਤਾਂ ਸਮਝਾ ਨਹੀਂ ਰਿਹਾ ਹੈਗਾ ਬਸ ਆਲੇ ਦੁਆਲੇ ਘੁੰਮ ਰਿਹਾ ਹੈਗਾ ਖੈਰ ਸੰਗਤ ਜਿਹੜੀ ਸੀ ਉਹ ਬੈਠੀ ਰਹੀ ਖੈਰ ਜਦ ਇਹਨੇ ਆਪਣਾ ਕਥਾ ਦਾ ਜਿਹੜਾ ਸਾਰਾ ਟਾਈਮ ਸੀਗਾ ਪੂਰਾ ਕੀਤਾ ਪੂਰਾ ਕਰਨ ਤੋਂ ਬਾਅਦ ਚਲੋ ਮਹਾਪੁਰਖ ਜਿਹੜੇ ਸੀ ਉਹ ਉੱਥੋਂ ਉੱਠ ਕੇ ਜਦ ਆਪਣੇ ਸਥਾਨ ਤੇ ਜਾਣ ਲੱਗੇ ਇਹ ਜਿਹੜਾ ਪ੍ਰੇਮੀ ਕਥਾ ਕਰਨ ਵਾਲਾ ਸੀ ਮੁਹਾਤਮਾ ਦੇ ਕੋਲ ਆ ਗਿਆ ਜਦ ਆਇਆ ਤਾਂ ਆਕੇ ਮੁਹਾਤਮਾ ਨੂੰ ਕਹਿਣ ਲੱਗਾ ਕਹਿੰਦਾ ਕਿਉਂ ਮਹਾਪੁਰਖੋ ਸੁਣੀਏ ਮੇਰੀ ਕਥਾ ਇਹ ਜਿਹੜੀ ਮੇਰੀ ਕਥਾ ਸੀ ਤੁਹਾਨੂੰ ਕਿਦਾਂ ਦੀ ਲੱਗੀ ਜਦ ਇੰਨੀ ਗੱਲ ਹੋਈ ਤਾਂ ਮਹਾਪੁਰਖਾਂ ਨੇ ਲੱਗੇ ਕਹਿੰਦੇ ਵੀ ਬਹੁਤ ਖੂਬ ਬਹੁਤ ਖੂਬ ਤੇਰੀ ਕਥਾ ਬਹੁਤ ਵਧੀਆ ਹੋਈ ਹੈ। ਰੈਣੀ ਗੱਲ ਹੋਈ ਤੇ ਬੜਾ ਖੁਸ਼ ਹੋ ਗਿਆ। ਖੈਰ ਮਹਾਪੁਰਖ ਜਿਹੜੇ ਸੀ ਉਥੋਂ ਫਿਰ ਵਿਦਾ ਹੋ ਕੇ ਆਪਣੇ ਡੇਰੇ ਸਥਾਨ ਤੇ ਆ ਗਏ। ਜਸ ਸਥਾਨ ਤੇ ਇਹਨਾਂ ਦੇ ਪਾਸ ਮਹਾਪੁਰਖਾਂ ਦੇ ਪਾਸ ਇੱਕ ਪੰਡਤ ਮਹਾਪੰਡਤ ਵਿਦਵਾਨ ਸੰਤ ਸਾਧੂ ਜਿਹੜੇ ਸੀ ਇਹਨਾਂ ਦੇ ਪਾਸ ਇਹਨਾਂ ਦੀ ਸੇਵਾ ਵਿੱਚ ਰਹਿੰਦੇ ਸੀ। ਉਹਨਾਂ ਨੇ ਮਨ ਚ ਸੋਚਿਆ ਕਿ ਆ ਜੇ ਇਸ ਕਥਾ ਕਰਨੇ ਕਥਾ ਕੀਤੀ ਆ ਇਹਨੇ ਲਤ ਕਿਤੇ ਫਲਦੀ ਬਾਹ ਕਿਤੇ ਫਲਦੀ ਕੋਈ ਸਿਰਾ ਨਹੀਂ ਕੋਈ ਗੱਲ ਬਾਤ ਨਹੀਂ ਲੇਕਿਨ ਮੇਰੇ ਗੁਰਦੇਵ ਕਹਿ ਰਹੇ ਵੀ ਬਹੁਤ ਖੂਬ ਕਥਾ ਕੀਤੀ ਆ ਬਹੁਤ ਖੂਬ ਕਥਾ ਕੀਤੀ ਆ ਪਰ ਮੈਨੂੰ ਤਾਂ ਕੋਈ ਗੱਲ ਸਮਝ ਨਹੀਂ ਆਈ ਵੀ ਅਕਸਰ ਇਹਦੇ ਵਿੱਚ ਕੋਈ ਐਸਾ ਕਿਹੜਾ ਕਾਰਨ ਸੀਗਾ ਜਿਹਦੇ ਕਰਕੇ ਗੁਰਦੇਵ ਨੇ ਉਹਦੀ ਪ੍ਰਸੰਤਾ ਕੀਤੀ ਜਦ ਇੰਨੀ ਗੱਲ ਹੋਈ ਤੇ ਫਿਰ ਜਦ ਆਸ਼ਰਮ ਪਹੁੰਚੇ ਤੇ ਇਹ ਜਿਹੜੇ ਪੰਡਤ ਸੀਗੇ ਇਹਨਾਂ ਨੇ ਆਪਣੇ ਗੁਰਦੇਵ ਨੂੰ ਮੌਕਾ ਪਾ ਕੇ ਪੁੱਛਿਆ ਇਹਨੇ ਮਹਾਂਪੁਰ ਕੋ ਇੱਕ ਮੇਰੇ ਮਨ ਚ ਪ੍ਰਸ਼ਨ ਹੈ ਮੈਂ ਆਪ ਜੀ ਨੂੰ ਪੁੱਛਣਾ ਤੇ ਉਹ ਸੱਤ ਕਹਿਣ ਲੱਗੇ ਹਾਂ ਦੱਸੋ ਕੀ ਪ੍ਰਸ਼ਨ ਤੇ ਇਹ ਜਿਹੜੇ ਪੰਡਤ ਸਗੇ ਆਪਣੇ ਗੁਰਦੇਵ ਨੂੰ ਕਹਿਣ ਲੱਗੇ ਕਿ ਮਹਾਂਪੁਰ ਕੋ ਅਜ ਸਵੇਰੇ ਆਪ ਕਥਾ ਸੁਣਨੇ ਗਏ ਸੀ ਉਹ ਜਿਹੜਾ ਕਥਾ ਵਾਲਾ ਕਰਤਾ ਸਗਾ ਪ੍ਰੇਮੀ ਸਗਾ ਉਹ ਢੀ ਜਿਹੜੀ ਕਥਾ ਸੀਗੀ ਉਹ ਤਾਂ ਮੈਨੂੰ ਸਮਝ ਨਹੀਂ ਆਇਆ ਕਿ ਉਹਨੇ ਲੱਤ ਕੋਈ ਬਾਹ ਕੋਈ ਸਰਾ ਕੋਈ ਤੇ ਕੋਈ ਗੱਲ ਤਾਂ ਉਹਨੇ ਕਿਸੇ ਦਾਰੇ ਦੇ ਬਜੇ ਕੀਤੀ ਨਹੀਂ ਬਸ ਆਲੇ ਦੁਆਲੇ ਘਮਾਤੀ ਸਾਰੀ ਗੱਲ ਕਥਾ ਦਾ ਕੋਈ ਭਾਵ ਤਾਂ ਮੇਰੇ ਸਮਝੇ ਨਹੀਂ ਆਇਆ ਪਰ ਤੁਸੀਂ ਕਹਿੰਦੇ ਹੋ ਬਹੁਤ ਖੂਬ ਕਥਾ ਕੀਤੀ ਬਹੁਤ ਖੂਬ ਕਥਾ ਕੀਤੀ ਜਿਆਦਾ ਪੰਡਤ ਹੁਣਾ ਨੇ ਆਪਣੇ ਗਦੇਬ ਨੂੰ ਇਹ ਕਹ ਲਾਖੀ ਉਹਨਾਂ ਦੇ ਗਦੇਬ ਨੇ ਉਹ ਆਪਣਾ ਜਿਹੜਾ ਪ੍ਰੇਮੀ ਪੰਡਤ ਹੈਗਾ ਉਹਦੇ ਵੱਲ ਬੜੀ ਨੀਝ ਨਾਲ ਤੱਕਿਆ ਤੱਕ ਕੇ ਕਹਿਣ ਲੱਗੇ ਕਹਿੰਦੇ ਲੱਗਦਾ ਹੈਗਾ ਤੂੰ ਪੰਡਤ ਤਾਂ ਜ਼ਰੂਰ ਆ ਕਥਾ ਤਾਂ ਤੂੰ ਜ਼ਰੂਰ ਕਰ ਲੈਂਦਾ ਬੇਦਿਸ਼ਾਸਤਰਾ ਦਾ ਤਾਂ ਤੂੰ ਬਹੁਤ ਗਿਆਤਾ ਹੈਗਾ ਪਰ ਤੈਨੂੰ ਕਥਾ ਸੁਣਨ ਦਾ ਵੱਲ ਨਹੀਂ ਹੈਗਾ ਤਰੀਕਾ ਨਹੀਂ ਹੈਗਾ ਜਦ ਇੰਨੀ ਗੱਲ ਹੋਈ ਤੇ ਇਹ ਪੰਡਤ ਜਿਹੜੇ ਸੀ ਬੜੇ ਹੈਰਾਨ ਹੋਏ ਇਹ ਧਰਾਨ ਨੂੰ ਕਹਿਣ ਲੱਗੇ ਕਿ ਮੈਂ ਕੁਝ ਸਮਝਿਆ ਨਹੀਂ ਮਹਾਂਪੁਰਖ ਮਹਾਂਪੁਰਖ ਕਹਿਣ ਲੱਗੇ ਦੇਖ ਭਾਈ ਕਥਾ ਕਰਨ ਵਾਲਾ ਕੋਈ ਵੀ ਹੋਵੇ ਚਾਹੇ ਵਿਗਿਆਨੀ ਹੋਵੇ ਚਾਹੇ ਮੂੜ ਹੋਵੇ ਜਦੋਂ ਉਹ ਵਿਆਸਪੀਠ ਤੇ ਬੈਠ ਕੇ ਕਥਾ ਕਰਦਾ ਹੈਗਾ ਗੱਲ ਤਾਂ ਰੱਬ ਦੀ ਕਰਦਾ ਹੈਗਾ ਕੋਈ ਹੋਰ ਥੋੜੋ ਗੱਲ ਕਰਦਾ ਹੈਗਾ ਕਿੰਨੇ ਉਹ ਜਿਹੜੀ ਗੱਲ ਕਰ ਰਿਹਾ ਹੈਗਾ ਉਹ ਰੱਬ ਦੀ ਕਰ ਰਿਹਾ ਕਿਸੇ ਹੋਰ ਦੀ ਨਹੀਂ ਕਰ ਰਿਹਾ ਹੈਗਾ ਚਾਹੇ ਉਹ ਘੁਮਾਫਰਾ ਕੇ ਕਰ ਰਿਹਾ ਚਾਹੇ ਕਿਸੇ ਵੀ ਤਰੀਕੇ ਨਾਲ ਕਰ ਰਿਹਾ ਹੈਗਾ ਪਰ ਹਾਂ ਕਥਾ ਸੁਣਨ ਦਾ ਇੱਕ ਤਰੀਕਾ ਹੈਗਾ ਉਹ ਕੀ ਆ ਕਿ ਜਦੋਂ ਅਸੀਂ ਕਿਸੇ ਦੀ ਵੀ ਕਥਾ ਸੁਣਨੀ ਹੋਵੇ ਹਨ ਸਭ ਨੂੰ ਆਪਣਾ ਗਿਆਨ ਧਿਆਨ ਵਿਦਿਆ ਵਿਦਵਾਨ ਪੰਡਤ ਇਹ ਸਾਰਾ ਕੁਝ ਤਿਆਗ ਦੇਣਾ ਚਾਹੀਦਾ ਹੈਗਾ ਬਿਲਕੁਲ ਮੂੜ ਹੋ ਕੇ ਖਾਲੀ ਹੋ ਕੇ ਅਗਿਆਨੀ ਹੋ ਕੇ ਫੇਰ ਸਾਨੂੰ ਉਸ ਪੰਡਾਲ ਦੇ ਵਿੱਚ ਬੈਠ ਕੇ ਕਥਾ ਸੁਣਨੀ ਚਾਹੀਦੀ ਹੈਗੀ ਅਗਰ ਕੁਝ ਲੈਣਾ ਹੈਗਾ ਉਹ ਸਕਦਾ ਹੈਗਾ ਕਿ ਚਾਹੇ ਮੂਡ ਵੀ ਵਿਅਕਤੀ ਹੋਵੇਗਾ ਅਗਰ ਉਹ ਕਥਾ ਕਰ ਰਿਹਾ ਹੈ ਕਈ ਵਾਰੀ ਵਾਹਿਗੁਰੂ ਉਹਦੀ ਰਸਨਾ ਤੇ ਬੈਠ ਕੇ ਕੋਈ ਐਸੀ ਨਵੀਂ ਗੱਲ ਕਰ ਜਾਂਦਾ ਹੈਗਾ ਜਿਸ ਨਵੀਂ ਗੱਲ ਨੂੰ ਮੈਂ ਪਹਿਲਾਂ ਕਦੇ ਨਹੀਂ ਸੀ ਸੁਣਿਆ ਪਰ ਸਾਨੂੰ ਉਹ ਜਿਹੜੀ ਨਵੀਂ ਗੱਲ ਹੈ ਉਹਦੀ ਰਸਨਾ ਤੋਂ ਪ੍ਰਗਟ ਹੋ ਕੇ ਸਾਡੀ ਝੋਲੀ ਪੈ ਜਾਂਦੀ ਹੈ ਤੇ ਉਹ ਪੰਡਿਤ ਕਹਿਣ ਲੱਗੇ ਕਿ ਜਦੋਂ ਮੇਰੇ ਗੁਰਦੇਵ ਨੇ ਮੈਨੂੰ ਇਹ ਦੱਸਿਆ ਤਾਂ ਫਿਰ ਕਹਿੰਦੇ ਮੈਨੂੰ ਉਸ ਟਾਈਮ ਪਤਾ ਲੱਗਾ ਕਿ ਜਿਹੜੀ ਕਥਾ ਹੈਗੀ ਆ ਇਹ ਹੈ ਤਾਂ ਕਥ ਪਰ ਇਹਨੂੰ ਸੁਣ ਦਾ ਇਹੋ ਹੀ ਤਰੀਕਾ ਕਿ ਅਸੀਂ ਬਿਲਕੁਲ ਅਗਿਆਨੀ ਹੋ ਕੇ ਮੂੜ ਹੋ ਕੇ ਨਿਮਾਣੇ ਹੋ ਕੇ ਨਿਤਾਣੇ ਹੋ ਕੇ ਬਿਲਕੁਲ ਖਾਲੀ ਹੋ ਕੇ ਸੁਣਨੀ ਹੈਗੀ ਆ ਤੇ ਜੇ ਤੁਸੀਂ ਬਿਲਕੁਲ ਖਾਲੀ ਹੋ ਕੇ ਸੁਣਾਂਗੇ ਤਾਂ ਫਿਰ ਕੁਝ ਨਾ ਕੁਝ ਸਾਡੀ ਝੋਲੀ ਦੇ ਵਿੱਚ ਜ਼ਰੂਰ ਪਊਗਾ ਚਾਹੇ ਉਹ ਸਾਨੂੰ ਪਰਮਾਤਮਾ ਦਾ ਅਸੀਸ ਰੂਪੀ ਜੋ ਅੰਮ੍ਰਿਤ ਹੈਗਾ ਉਹ ਜ਼ਰੂਰ ਪ੍ਰਾਪਤ ਹੋ ਜਾਊਗਾ ਇਹ ਕਥਾ ਸੁਣਨ ਦਾ ਇੱਕ ਵੱਲ ਹੈਗਾ ਇੱਕ ਤਰੀਕਾ ਹੈਗਾ ਜਿਹੜੇ ਜਗਿਆਸੂ ਇਸ ਤਰ੍ਹਾਂ ਆਪਣੇ ਆਪ ਨੂੰ ਅਗਿਆਨੀ ਆਪਣੇ ਆਪ ਨੂੰ ਹਨਪੜ ਆਪਣੇ ਆਪ ਨੂੰ ਨਿਮਾਣੇ ਨਿਤਾਣੇ ਹੋਗੇ ਜਦ ਕਥਾ 'ਚ ਬੈਠਦੇ ਆ ਤਾਂ ਫਿਰ ਭਾਈ ਉਹਦੇ ਉੱਤੇ ਪਰਮਾਤਮਾ ਦੀ પ્રસੰਤਾ ਬਹੁਤ ਹੁੰਦੀ ਆ ਕਿਰਪਾ ਹੁੰਦੀ ਆ ਤੇ ਉਹ ਹੀ ਕੁਛ ਨਾ ਕੁਛ ਜਿਹੜਾ ਫਲ ਹੈਗਾ ਆਪਣੀ ਝੋਲੀ ਦੇ ਵਿੱਚ ਪਾ ਕੇ ਆਪਣਾ ਜਿਹੜਾ ਜੀਵਨ ਸਵਾਰ ਜਾਂਦੇ ਆ ਪਰ ਜਿਹੜੇ ਪ੍ਰਾਣੀ ਐਸੇ ਹੁੰਦੇ ਆ ਆਪਣੇ ਆਪ ਨੂੰ ਵਿਦਵਾਨ ਪੰਡਤ ਗੁਣੀ ਗਿਆਨੀ ਸਮਝ ਕੇ ਜਦ ਕਥਾ 'ਚ ਵਹਿੰਦੇ ਆ ਉਨ੍ਹਾਂ ਦੇ ਉੱਤੇ ਕੋਈ ਕਥਾ ਦਾ ਵਿਸ਼ੇਸ਼ ਲਾਭ ਨਹੀਂ ਹੁੰਦਾ ਹੈਗਾ ਜਿਵੇਂ ਕਹ ਲੋ ਕਿ ਜਿੰਵੇਂ ਜਦੋਂ بارش ਹੁੰਦੀ ਹੈਗੀ ਆ ਜਦੋਂ بارش ਹੁੰਦੀ ਆ ਜਿਹੜੇ ਉੱਚੇ ਟਿੱਬੇ ਆ بارش ਤਾਂ ਸਭ ਤੇ ਪੈਂਦੇ ਆ ਕਹਿੰਦੇ ਉੱਥੇ ਪਾਣੀ ਖੜਾ ਨਹੀਂ ਹੁੰਦਾ ਹੈਗਾ ਉਹ ਖਾਲੀ ਰਹਿ ਜਾਂਦੇ ਆ ਪਰ ਜਿਹੜੇ ਨੀਵੇਂ ਟਿੱਬੇ ਹੁੰਦੇ ਉਹ ਪਾਣੀ ਨਾ ਪਰ ਜਾਂਦੇ ਆ ਤੇ ਉਹ ਫਿਰ ਉਹ بارش ਤੋਂ ਲਾਭ ਪ੍ਰਾਪਤ ਕਰ ਜਾਂਦੇ ਆ ਸੋ ਇਹ ਤਰੀਕਾ ਹੈਗਾ ਕਥਾ ਸੁਣ ਦਾ ਇਹ ਕਥਾ ਸੁਣਨ ਦਾ ਤਰੀਕਾ ਜਿਹੜਾ ਹੈਗਾ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਰੇ ਨੇ ਇਸੇ ਤਰ੍ਹਾਂ ਕਰਕੇ ਸਮਝਾਇਆ ਕਿ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋ ਦਾਸ ਕਥਾ ਕਿਸ ਤਰ੍ਹਾਂ ਸੁਣਨੀ ਆ ਇਹ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਹੋ ਆ ਜੀ ਹੋਈਆਂ ਵਿਅੰਤ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ